ਅਸਤਾਜੀ ਅਸਤਾਜੀ ਭੁੱਖ ਬੜੀ ਲੱਗੀ ਆ, ਰੋਟੀ ਖਵਾਉਣੀ ਕਿ ਨਹੀਂ ਖਵਾਉਣੀ? ਓਏ ਖੜ ਜਾ, ਰੋਟੀ ਵੀ ਖਵਾਉਣਾ ਤੇ ਰੌਣਕਾਂ ਵੀ ਦਿਖਾਉਣਾ। ਚੱਲ ਮੇਰੀ ਰਾਣੀ, ਤੂੰ ਵੀ ਪੀ ਲਈ ਪਾਣੀ ਟੀਟੂ ਦੇ ਢਾਬੇ ਤੇ। ਸਤਿ ਸ਼੍ਰੀ ਅਕਾਲ, ਨਮਸਤੇ, ਆਦਾਬ, ਹਾਏ। ਕਿਵੇਂ ਦਾ ਲੱਗਾ ਜੀ ਟੀਟੂ ਅਤੇ ਟੀਟੂ ਦਾ ਢਾਬਾ? ਮੈਨੂੰ ਪਤਾ ਟੀਟੂ ਨਾਲ ਤੁਹਾਡੀ ਬੜੀ ਵਧੀਆ ਜਾਣ ਪਛਾਣ ਹੋ ਗਈ ਹੈ, ਪਰ ਅੰਦਰ ਦੀ ਗੱਲ ਦੱਸਾਂ, ਟੀਟੂ ਦੀ ਆਪਣੀ ਵਹੁਟੀ ਦੇ ਨਾਲ ਬਿਲਕੁਲ ਜਾਣ ਪਛਾਣ ਨਹੀਂ ਹੋਈ। ਵਿਆਹ ਨੂੰ ਕਿੰਨੇ ਮਹੀਨੇ ਹੋ ਗਏ? ਕਿਉਂ ਨਹੀਂ ਹੋਈ ਇਹ ਮੈਂ ਨਹੀਂ ਦੱਸਣਾ। ਵੈਸੇ ਵੀ ਟੀਟੂ ਦੇ ਢਾਬੇ 'ਤੇ ਅੱਜ ਕੋਈ ਅਜੀਬ ਹੀ ਰੰਗ ਚੜਿਆ ਹੋਇਆ, ਦੇਖ ਲਓ ਆਪ ਹੀ। ਉੱਠ ਵੀ ਪੈ, ਚੱਲ ਆਪਣੇ ਮੰਜੇ ਤੇ ਸੌਂ ਜਾ ਕੇ, ਨੀਂਦ ਖਰਾਬ ਕਰਤੀ ਆ। ਚੱਲ ਆਪਣੇ ਮੰਜੇ ਤੇ। ਓਏ ਇੱਕ ਮਿੰਟ, ਤੈਨੂੰ ਸ਼ਰਮ ਨਹੀਂ ਆਉਂਦੀ, ਅਕਲ ਨਹੀਂ ਹੈਗੀ ਹੈਂ? ਰਾਤ ਨੂੰ ਬੂਟ ਪਾ ਕੇ ਸੁੱਤਾ। ਓ ਜੀਜਾ ਜੀ, ਤੁਹਾਨੂੰ ਕੀ ਪਤਾ, ਮੈਂ ਸਵੇਰੇ ਰਨਿੰਗ ਕਰਨ ਵੀ ਜਾਣਾ ਹੁੰਦਾ। ਤੈਨੂੰ ਸਾਲੇ ਨੂੰ ਪਤਾ ਨਹੀਂ ਕਿੰਨੇ ਭੁਲੇਖਾ ਪਾ ਦਿੱਤਾ ਵੀ ਰਨਿੰਗ ਕਰਨ ਨਾਲ ਕੱਦ ਲੰਬਾ ਹੁੰਦਾ। ਜਾ ਸੌਂ ਜਾ ਕੇ, ਚੰਗਾ ਭਲਾ ਸੁਪਨਾ ਲੈਣ ਡਿਆ ਸੀ, ਖਰਾਬ ਕਰਕੇ ਰੱਖਤਾ, ਦੁਬਾਰਾ ਲੈਣਾ ਪੈਣਾ ਸੁਪਨਾ ਸਾਰਾ। ਓਹੋ, ਮੈਂ ਤਾਂ ਇਹਨਾਂ ਦੇ ਉੱਪਰ ਕੰਬਲ ਪਾਇਆ ਸੀ, ਇਹਨਾਂ ਨੇ ਫਰਸ਼ 'ਤੇ ਪਾ ਰੱਖਿਆ। ਮੈਂ ਕਿਹਾ ਜੀ ਸੁਣਦੇ ਹੋ, ਉੱਠੋ। ਚੁੰਡੀ ਪਾਉਣੀ ਮਰੇ? ਹਾਂ, ਸਵੇਰੇ ਸਵੇਰੇ ਤਿਆਰ ਹੋ ਗਈ। ਯਾਰ ਮੇਰੀ ਗੱਲ ਸੁਣੋ, ਤੁਸੀਂ ਸਾਰਾ ਟੱਬਰ ਮੇਰੇ ਪਿੱਛੇ ਕਿਉਂ ਪਏ? ਪਹਿਲਾਂ ਤੇਰਾ ਭਰਾ ਸਾਲਾ ਇੱਧਰ ਆ ਕੇ ਸੌਂ ਗਿਆ, ਮੈਨੂੰ ਤੰਗ ਕਰਦਾ ਪਿਆ, ਹੁਣ ਤੂੰ ਸਵੇਰੇ 4 ਵਜੇ ਮੈਨੂੰ ਉਠਾ ਦਿੱਤਾ, ਪ੍ਰੋਬਲਮ ਕੀ ਹੈ? ਓਹੋ, ਤੁਹਾਨੂੰ ਸੌਣ ਦੀ ਪਈ ਹੈ, ਟਾਈਮ ਦੇਖੋ ਕਿੰਨਾ ਹੋ ਗਿਆ। ਯਾਰ ਇਹ ਟਾਈਮ ਟੂਮ ਵੇਖਣਾ ਤੁਹਾਡੇ ਵਰਗੇ ਗਰੀਬ ਲੋਕਾਂ ਦਾ ਕੰਮ ਹੁੰਦਾ, ਮੈਨੂੰ ਕਹਿੰਦਾ ਟਾਈਮ ਵੇਖਣ ਦੀ ਲੋੜ ਹੈ? ਮੈਂ ਬਿਜ਼ਨਸਮੈਨ ਬੰਦਾ, ਐਡਾ ਵੱਡਾ ਢਾਬਾ, ਇੰਨਾ ਵੱਡਾ ਮੇਰਾ ਕੰਮ, ਇੰਨੀ ਵੱਡੀ ਸੋਹਣੀ ਮੇਰੀ, ਮੈਂ ਸੋਹਣਾ ਰਮਾਨ ਨਾਲ। ਤੁਹਾਨੂੰ ਸੌਣ ਦੀ ਪਈ ਹੈ, ਅੱਜ ਵਰੇ ਦਾ ਦਿਨ ਹੈ। ਮੈਂ ਤੇਰੇ ਇੰਨੀਆਂ ਵਰਾਉਣੀਆਂ ਨਾ ਰੈਪਟਾਂ ਮਾਰ ਕੇ, ਸਾਰਾ ਦਿਨ ਵਰੇ ਦਾ ਦਿਨ ਲੰਘੂਗਾ ਤੇਰਾ। ਚਲੋ ਠੀਕ ਹੈ ਜੀ, ਸੌ ਜਾਓ ਤੁਸੀਂ, ਚਲੋ ਸੌ ਜਾਓ, ਸੌ ਜਾਓ। ਹਾਂ ਹਾਂ ਹਾਂ, ਸੌ ਜਾਓ, ਲਓ। ਹਾਂ ਰਹਿ ਤਾਂ ਚੰਗੀ ਘਰ ਵਾਲੀ ਆਉਣਗੇ, ਚੱਲ ਜਾ ਸੌ ਜਾ ਕੇ ਤੂੰ। ਸਰ ਸਰ ਯਾਰ ਤਿਆਰ ਹੋ ਕੇ ਆ ਗਈ, ਪਾਗਲ ਹੋ ਰਹੇ। ਬਾਰਿਸ਼ ਆ ਗਈ। ਹੈਲੋ, ਇੱਧਰ। ਮੈਂ ਤੁਹਾਨੂੰ ਮੈਂ ਕਦੋਂ ਦੀ ਉਠਾ ਰਹੀ ਹਾਂ, ਉੱਠ ਕਿਉਂ ਨਹੀਂ ਰਹੇ? ਕੀ ਅੱਜ? ਅੱਜ ਕਰਵਾ ਚੌਥ ਹੈ। ਦੇਖ ਲਾ ਭੈਣੇ ਸੰਤੋ, ਮੈਂ ਤਾਂ ਤੇਰੇ ਨਾਲ ਹੀ ਦੁੱਖ ਰੋਣਾ ਹੈ। ਆ ਬੰਦਾ ਜਿਹਦੇ ਪਿੱਛੇ ਅੱਜ ਮੈਂ ਸਾਰਾ ਦਿਨ ਭੁੱਖੀ ਰਹਿਣਾ, ਇਹਨੂੰ ਮੇਰੀ ਕੋਈ ਪਰਵਾਹ ਨਹੀਂ। ਦੱਸ ਮੈਂ ਕਿੱਥੇ ਜਾਵਾਂ, ਕਿਹਨੂੰ ਆਪਣਾ ਦੁੱਖ ਸੁਣਾਵਾਂ? ਨਾ ਰੋ ਮੇਰਾ ਬੱਬੂ, ਆਵੇ ਜਾਗ ਗਿਆ, ਨਾ ਰੋ।
जी तुहानू मेरी इन्नी फिकर आ। नहीं मैनू अपनी फिकर, जो तू रोनी है ना तेरा मेकअप उतर जाता, मेरा त्राह निकल जाता। गुस्सा करने वाली गल नहीं होंदी, समझीदा हुंदा गल नूं। देख मैं तैनू सलाह देना चाहुंदा, पता की गल आ, इहो जिहियां उलझल उल क्रीमां ना लगाया करे, सही नहीं हुंदियां हैगियां। सब तो वधिया क्रीम पता कि होंगी है? केड़ी? प्योर रूट्स गोल्ड ब्लीच क्रीम, एकदम गोरी हो जाएगी सोहनी। ना एक कुड़ी वाली क्रीम दा थानू किवें पता? क्योंकि मैं भी लाउंदा हुंदा निक्का हुंदा, तां इह ते एड्डा सोहणा मैं। मैनू पता है, बस तुसी ना मैनू प्यार नहीं करदे। मैं करदा बड़ा प्यार। हौली बोलो, मेरा वीरा सुत्ता पिया। वीरे दा फिकर, घर वाले दा कोई फिकर नहीं। ओ दीदी, ਕੀ ਸਵੇਰੇ ਸਵੇਰੇ ਰੌਲਾ ਪਾਇਆ ਹੋਇਆ, ਸੌ ਵੀ ਜਾਂਦਾ ਫਿਰ ਉਹ ਕਿਸੇ ਕੰਜਰ। ਸਹੀ ਗੱਲ ਹੈ, ਕਿਸੇ ਕੰਜਰ ਨੂੰ ਸੌਣ ਤਾਂ ਦੇ, ਵੈਸੇ ਵੀ ਇਸ ਘਰ 'ਚ ਇੱਕੋ ਕੰਜਰ ਰਹਿੰਦਾ। ਉੱਠਣ ਕੋ ਡਿਆ, ਸੌ ਜਾ ਹੁਣ। ਮੈਂ ਤਾਂ ਉਹਨਾਂ ਅੰਦਰ ਜਾ ਕੇ ਹੀ ਸੁਣਦਾ। ਉਹ ਦੇਖ ਲਾ, ਉਹ ਵੀ ਤੰਗ ਆ ਗਿਆ ਤੇਰਾ ਭਰਾ ਵੀ ਤੇਰੇ ਤੋਂ। ਕੀ ਯਾਰ, ਇੱਕ ਤੇ ਹੱਦ ਹੀ ਹੋ ਗਈ ਤੇਰੇ ਵਾਲੀ, ਮੈਂ ਕੀ ਸਦੈਨ ਜੀ ਲੜ ਲਾਤੀ ਮੇਰੇ, ਹਜੇ ਕੁੱਕੜ ਨੇ ਬਾਂਗ ਨਹੀਂ ਦਿੱਤੀ, ਇਹਨੇ ਆਪਣਾ ਰੋਲਾ ਪਾ ਤਾ ਸਵੇਰੇ ਸਵੇਰੇ, ਕੁੱਕੜੀ ਕਿਸੇ ਥਾਂ ਨਹੀਂ। ਹੈਲੋ, ਕੁੱਕੜੀ ਹੋਊਗੀ ਤੁਹਾਡੀ ਮਾਂ, ਨਾਲੇ ਸੁਬਹਾ ਸੁਬਹਾ ਤੁਹਾਡਾ ਹੀ ਸਿਆਪਾ ਕਰ ਰਹੀ ਹਾਂ ਮੈਂ। ਖੜੇ ਹੋ ਤੇ ਮੈਨੂੰ ਸਰਗੀ ਖਵਾਓ। ਸਰਗੀ? ਸਰਗੀ ਕੀ ਹੁੰਦੀ ਹੈ ਹੁਣ? ਤੁਹਾਨੂੰ ਸਰਗੀ ਨਹੀਂ ਪਤਾ? ਨਹੀਂ। ਸਰਗੀ ਨਾ ਜੀ, ਜਦੋਂ ਸਵੇਰੇ ਸਵੇਰੇ ਉੱਠਦੇ ਨੇ ਕਰਵਾ ਚੌਥ ਨੂੰ, ਖਾਸ ਕਰਕੇ ਮਿੱਠੀਆਂ ਮਿੱਠੀਆਂ ਮਠਿਆਈਆਂ, ਗੁਲਾਬ ਜਾਮਣ, ਰਸਗੁੱਲੇ, ਬਰਫੀ, ਪੇਠਾ, ਸਾਰੀਆਂ ਮਠਿਆਈਆਂ ਨਾ ਸਰਗੀ ਦੇ ਵਿੱਚ ਹੁੰਦੀਆਂ ਕਰਵਾ ਚੌਥ ਦੇ ਵਰਤ ਵਾਲੇ ਦਿਨ। ਅੱਛਾ, ਸਰਗੀ ਇਹਨੂੰ ਕਹਿੰਦੇ ਨੇ? ਇੰਨਾ ਕੁਛ ਮਿਲਦਾ ਉਹ 'ਚ? ਹਾਂ ਠੀਕ ਹੈ, ਆਪਾਂ ਦੋਵੇਂ ਰਲ ਕੇ ਰੱਖਦੇ ਹਾਂ ਕਰਵਾ ਚੌਥ ਦਾ ਵਰਤ। ਆਪਣਾ ਇਹ ਕਿਹੜੇ ਮੰਦਿਰ ਤੋਂ ਮਿਲਦੀ ਸਰਗੀ? ਮੰਦਿਰ ਮੰਦਿਰ ਜੋ ਨਹੀਂ ਮਿਲਦੀ, ਜਿਹੜੇ ਮੰਦਿਰ ਦੇ ਕੋਲ ਦੁਕਾਨ ਹੈ ਨਾ ਉੱਥੋਂ ਮਿਲਦੀ ਹੈ। ਅੱਛਾ ਅੱਛਾ ਅੱਛਾ, ਮੈਂ ਜੀ ਲੈ ਆਈ ਸਾਰਾ ਕੁਛ। ਅੱਛਾ, ਵੈਰੀ ਗੁੱਡ। ਇੱਕ ਮਿੰਟ, ਤੂੰ ਕਿੱਥੋਂ ਲੈ ਕੇ ਆ ਗਈ? ਉਹ ਤਾਂ ਨਾ ਜੀ, ਤੁਹਾਡਾ ਜਿਹੜਾ ਕੁੜਤਾ ਹੈ ਉਹ 'ਚ ਮੈਂ 2000 ਰੁਪਇਆ ਕੱਢ ਲਿਆ ਤੁਹਾਡੀ ਲੰਬੀ ਉਮਰ ਲਈ। ਅਰੇ, ਕੁੜਤੇ 'ਚ 2000 ਰੁਪਇਆ? ਕੀ ਹੋਇਆ ਦੀਦੀ? ਪਤਾ ਨਹੀਂ ਵੀਰ ਜੀ, ਨੱਚਦੇ ਨੱਚਦੇ ਡਿੱਗ ਗਏ, ਹੁਣ ਮੈਂ ਸਰਗੀ ਕਿਵੇਂ ਖਾਊਂਗੀ? ਓਹ ਦੀਦੀ, ਤੂੰ ਜੀਜਾ ਜੀ ਨੂੰ ਦੱਸਤਾ ਨਹੀਂ ਦਿੱਤਾ ਵੀ ਉਹਨਾਂ ਦੇ 2000 ਰੁਪਏ ਕੱਢ ਕੇ ਤੂੰ ਸਰਗੀ ਦਾ ਸਮਾਨ ਲਿਆਈ ਹੈ? ਹਾਂਜੀ ਵੀਰ ਜੀ, ਦੱਸਤਾ ਸੀ। ਲੈ ਫਿਰ ਉਹਦੇ ਨਾਲ ਇਹਦੀ ਉਮਰ ਕੀ ਸੁਆਹ ਵਧਣੀ, ਉਲਟਾ ਬੀਪੀ ਘੱਟ ਗਿਆ। ਹੁਣ ਕੀ ਹੋਊਗਾ ਵੀਰ ਜੀ? ਕਰ ਲਾ ਗਿਆ ਸੋਚਣ ਦੇ ਥੋੜਾ। ਹਾਂ ਇੱਕ ਮਿੰਟ ਦੀਦੀ, ਜੀਜਾ ਜੀ ਦੇ ਪਜਾਮੇ 'ਚ ਨਾ 2000 ਰੁਪਏ ਹੋਰ ਪਏ ਆ, ਉਹ ਕੱਢ ਕੇ ਹੋਰ ਸਮਾਨ ਮੰਗਵਾ ਲਓ। ਓਏ ਖਬਰਦਾਰ, ਜੀ ਉੱਥੇ ਹੱਥ ਲਿਆ 2000 ਰੁਪਏ ਨੂੰ ਤੇ ਮੈਂ ਫਿਰ ਬੇਹੋਸ਼ ਹੋ ਜਾਣਾ। ਜੇ ਲੈ ਉੱਠ ਗਿਆ, ਹੁਣ ਲੜਦੇ ਰਹੋ, ਮੈਂ ਚੱਲਿਆ ਸੋਣ, ਨਾਲੇ ਜੇ ਹੋਰ ਗਸ਼ ਪੈ ਗਈ ਨਾ ਇਹਨੂੰ ਮੈਨੂੰ ਬੁਲਾ ਲਈ, ਮੇਰੇ ਕੋਲ ਹੋਰ ਵੀ ਬੜੇ ਤਰੀਕੇ ਨੂੰ ਜਗਾੜ ਦੇ। ਓਹੋ, ਹੁਣ ਤੁਸੀਂ ਛੱਡੋ ਜੀ, ਹੁਣ ਨਾ ਤੁਸੀਂ ਮੈਨੂੰ ਸਰਗੀ ਖਵਾ ਦਿਓ। ਜਾ ਖੜਾ ਜਾ ਕੇ, ਮੈਨੂੰ ਨਹੀਂ ਪਤਾ। ਓਹੋ ਮੇਰਾ ਗੁੱਗੂ। ਹਾਂ ਜੀ, ਤੁਹਾਨੂੰ ਪਤਾ ਹੈ ਕਰਵਾ ਚੌਥ ਕੀ ਹੁੰਦਾ? ਕਰਵਾ ਚੌਥ? ਹਾਂ ਕਰਵਾ ਚੌਥ ਹੁੰਦਾ ਵਾ। ਚੋਚੂ ਉਸਤਾਦ, ਤੈਨੂੰ ਪਤਾ ਹੈ? ਇਹਦਾ ਦੱਸ ਨਿਕਲ ਗਿਆ। ਨਹੀਂ ਮੈਨੂੰ ਨਹੀਂ ਪਤਾ ਕੀ ਹੁੰਦਾ, ਇੱਧਰ ਆ ਜਾਓ ਦੱਸਾਂ। ਜਦੋਂ ਨਾ ਕੋਈ ਜਨਾਨੀ ਸਾਰਾ ਦਿਨ ਭੁੱਖੀ ਰਹਿੰਦੀ ਹੈ ਨਾ, ਅੱਛਾ, ਉਹਨੂੰ ਕਹਿੰਦੇ ਆ ਜੀ ਕਰਵਾ ਚੌਥ। ਸਾਰਾ ਦਿਨ ਭੁੱਖੀ ਰਹਿੰਦੀ ਹੈ? ਸਾਰਾ ਦਿਨ ਭੁੱਖੀ, ਤੇ ਆ ਜਿਹੜੀਆਂ 3600 ਚੀਜ਼ਾਂ ਲਿਖਾਈਆਂ ਸਰਗੀ ਦੇ ਵਿੱਚ, ਇੰਨੇ ਵਿੱਚ ਦੋ ਹੱਥੀ 3 ਮਹੀਨੇ ਕੱਢ ਲੈਂਦੇ। ਜੇ ਤੁਸੀਂ ਇਦਾਂ ਹੀ ਬੋਲੇ ਨਾ ਮੈਂ ਪੇਕੇ ਚਲੀ ਜਾਣਾ। ਨਹੀਂ ਪੇਕੇ ਚਲੀ ਜਾਣਾ? ਪੇਕੇ ਤੇਰੇ ਇੱਥੇ ਹੀ ਨੇ, ਮਾਂ ਤੇਰੀ ਇੱਥੇ ਰਹਿੰਦੀ, ਉਹ ਗਿਟਕ ਜਿਹਾ ਸਾਲਾ ਮੇਰਾ ਇੱਥੇ ਰਹਿੰਦਾ, ਤੇਰੇ ਕਹਿੰਦੇ ਪੇਕੇ? ਮੈਨੂੰ ਤਾਂ ਐਂ ਲੱਗਦਾ ਜਿਵੇਂ ਮੈਂ ਇਸ ਘਰ ਦੇ ਵਿੱਚ ਗੈਸਟ ਵਾਂ। ਮੇਰਾ ਬੈਗ ਪੈਕ ਕਰ, ਮੈਂ ਤੁਹਾਡੇ ਘਰ ਚੱਲ ਜਾਂਦਾ, ਕਮ ਸੇ ਕਮ ਘਰ ਵਾਲੀ ਫੀਲਿੰਗ ਤੇ ਆਏਗੀ। ਬਸ ਹੁਣ ਨਾ ਮੈਂ ਸੱਚੀ ਬੈਗੇ ਚਲੀ ਜਾਣਾ। ਇੱਕ ਤੀਜਾ, ਨਹੀਂ ਨਹੀਂ ਨਹੀਂ, ਉਹ ਮੇਰਾ ਬੁੱਗੂ, ਉਹ ਮੇਰਾ ਸ਼ੋਨ, ਉਹ ਵੇ ਬੁੱਜੂ, ਉਹ ਅਧਰਾ ਚੀਜ਼ ਮਾ ਮੇਰਾ ਅਧਰਾ, ਉੱਥੇ ਬੈ ਬੈ ਜਾ ਬੈ ਜਾ ਬੈ 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 ਜਾ, ਇੱਦਾਂ ਤੋਰੀ ਕਰੀ ਜਾਂਦਾ ਨਿੱਕੇ ਨਿੱਕੇ ਗੱਲ ਤੋਂ। ਚੁੱਪ ਕਰ ਮੇਰਾ ਬੁੱਗੂ, ਚੁੱਪ ਕਰ ਚੁੱਪ ਕਰ ਚੁੱਪ, ਚੁੱਪ ਚੁੱਪ। ਮੈਨੂੰ ਪਤਾ ਤੁਸੀਂ ਸੋਚਦੇ ਹੋਣੇ ਹੋ ਮੈਂ ਦੁਨੀਆ ਦਾ ਪਹਿਲਾ ਘਰ ਵਾਲਾ ਜਿਹੜਾ ਆਪਣੀ ਜਨਾਨੀ ਨੂੰ ਪੇਕੇ ਜਾਣ ਤੋਂ ਰੋਕਦਾ ਪਿਆ, ਉਹਦਾ ਕਾਰਨ ਪਤਾ ਕੀ ਹੈ?
ਪੇਕੇ ਤੇ ਚੱਲ ਜਾਂਦੀ ਹੈ, ਪਰ ਜਿਹੜਾ ਵੀ ਰਿਸ਼ਤੇਦਾਰ ਇਹਨੂੰ ਛੱਡਣ ਹੁੰਦਾ ਨਾ, ਉਹ ਸਾਲਾ ਇੱਥੋਂ ਜਾਂਦਾ ਬਾਅਦ 'ਚ ਨਾਂ ਹੀ ਨਹੀਂ ਲੈਂਦਾ। ਖਬਰਦਾਰ, ਜੇ ਮੇਰੇ ਖਾਨਦਾਨ ਬਾਰੇ ਕੁਛ ਕਿਹਾ, ਤੁਸੀਂ ਨਾ ਜਾਣਦੇ ਨਹੀਂ ਮੇਰੇ ਰਿਸ਼ਤੇਦਾਰਾਂ ਨੂੰ, ਨਾਲੇ ਮੇਰੇ ਖਾਨਦਾਨ ਨੂੰ। ਵੱਲਾ 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 ਇਹਦਾ ਖਾਨਦਾਨ, ਜਾਣਦਾ ਮੈਂ ਤੇਰੇ ਖਾਨਦਾਨ ਨੂੰ। ਉਹ ਤੁਹਾਡਾ ਖਾਨਦਾਨ ਸਾਰਾ ਇੱਕੋ ਗਲੀ 'ਚ ਰਹਿੰਦਾ, ਉੱਥੇ ਤਾਂ ਕੋਈ ਕੁੱਤਾ ਨਹੀਂ ਫੇਰਾ ਮਾਰਦਾ। ਕੀ ਕਿਹਾ? ਦੁਨੀਆ ਦੀ ਪਹਿਲੀ ਗਲੀ ਹੋਣੀ ਹੈ ਜਿੱਥੇ ਲੋਕ ਕੁੱਤੇ ਦੇ ਮੂੰਹ 'ਚ ਰੋਟੀ ਕੱਢ ਕੇ ਖਾ ਲੈਂਦੇ ਆ। ਮੇਰਾ ਬੱਗੂ, ਮੈਂ ਤੈਨੂੰ ਬੜਾ ਪਿਆਰ ਕਰਦਾ, ਇਸ ਲਈ ਮੈਂ ਨਹੀਂ ਚਾਹੁੰਦਾ ਕਿ ਤੂੰ ਮੇਰੇ ਵਾਸਤੇ ਵਰਤ ਰੱਖ ਕੇ ਭੁੱਖੀ ਰਵੇਂ। ਅੱਛਾ ਜੀ, ਫੇਰ ਕੀ ਕਰੀਏ ਜੀ? ਕਰਨਾ ਕੀ ਹੈ? ਦੇਖ, ਤੂੰ ਸਵੇਰੇ ਮੇਰੇ ਪਜਾਮੇ 'ਚੋਂ 2000 ਰੁਪਇਆ ਕੱਢਿਆ, ਮੈਂ ਚੁੱਪ ਰਿਹਾ। ਫਿਰ ਤੂੰ ਸਰਗੀ ਵਾਸਤੇ ਸਮਾਨ ਲਿਆਂਦਾ ਮੇਰੇ ਤੋਂ ਪੁੱਛੇ ਬਗੈਰ, ਮੈਂ ਕੁਛ ਨਹੀਂ ਕਿਹਾ। ਹੁਣ ਮੈਂ ਪਤਾ ਕੀ ਚਾਹੁੰਦਾ, ਦੇਖ ਜੋ ਹੋ ਗਿਆ ਸੋ ਹੋ ਗਿਆ, ਸਰਗੀ ਦਾ ਸਮਾਨ ਲੈਂਦਾ ਇੰਨਾ ਬੜਾ, ਆਪਾਂ ਹੁਣ ਸੋ ਜਾਂਦੇ ਹਾਂ, ਦੁਪਹਿਰੇ ਇਕੱਠੇ ਸਰਗੀ ਖਾਵਾਂਗੇ। ਓਹੋ ਜੀ, ਤੁਹਾਨੂੰ ਨਾ ਅਸਲ 'ਚ ਕਰਵਾ ਚੌਥ ਬਾਰੇ ਪਤਾ ਹੀ ਨਹੀਂ, ਤੁਹਾਡਾ ਪਹਿਲਾ ਕਰਵਾ ਚੌਥ ਹੈ ਨਾ? ਅੱਛਾ, ਮੇਰਾ ਪਹਿਲਾ ਕਰਵਾ ਚੌਥ ਹੈ, ਤੇਰਾ 17ਵਾਂ? ਓਹੋ, ਚਲੋ ਜੀ, ਮੈਂ ਨਾ ਗਲਤੀ ਕਰ ਲਈ ਤੁਹਾਨੂੰ ਉਠਾ ਕੇ, ਤੁਸੀਂ ਨਾ ਇੱਥੇ ਆਰਾਮ ਨਾਲ ਸੌਂ ਜਾਓ। ਇਹੀ ਗੱਲ ਮੈਂ ਤੈਨੂੰ ਸਮਝਾਉਂਦਿਆਂ 4 ਵਜੇ ਦਾ ਕਿ ਮੈਨੂੰ ਨਾ ਜਗਾ ਨਾ ਜਗਾ, ਸੌਣ ਦੇ ਮੇਰੀ ਲਾਲ ਪਰੀ ਮੈਦਾਨ ਖੜੀ, ਪਰ ਤੇਰੇ ਪੱਲੇ ਨਹੀਂ ਪੈਂਦਾ। ਓਹੋ, ਸੌਂ ਜਾਓ ਹੁਣ, ਜ਼ਿਆਦਾ ਨਾ ਬੋਲੋ, ਮੈਂ ਵੈਸੇ ਹੀ ਲੇਟ ਹੋ ਗਈ, ਮੈਂ ਨਾ ਹੁਣ ਆਪਦੀ ਸਰਗੀ ਖਾਣ ਲੱਗੀ ਹਾਂ। ਸਰਗੀ ਖਾਣ ਲੱਗੀ? ਇੱਕ ਮਿੰਟ, ਮੈਂ ਸਰਾਣਾ ਲੈ ਲਾ ਆਪਣਾ। ਕਈ ਯਾਰ, 4:30 ਵਜੇ ਵਰਤ ਰੱਖਣਾ, ਪਖੰਡ ਬਾਜ ਔਰਤ। ਰੱਬ ਨੇ ਵੀ ਸਾਰੇ ਵਰਤ ਜਨਾਨੀਆਂ ਵਾਸਤੇ ਬਣਾਏ, ਕੋਈ ਵਰਤ ਬੰਦਿਆਂ ਵਾਸਤੇ ਨਹੀਂ ਹੈਗਾ। ਫਿਰ ਕਹਿੰਦੇ ਨੇ ਬੰਦੇ ਨੂੰ ਵਰਤਣਾ ਨਹੀਂ ਆਉਂਦਾ। ਹੇ ਬਾਬਾ ਜੀ, ਅੱਜ ਇੰਨੀ ਕੁ ਸ਼ਕਤੀ ਦਿਓ ਕਿ ਮੈਂ ਰੱਜ ਕੇ ਖਾਵਾਂ। ਚਲੋ ਜੀ। ਬਹੁਤ ਹੋ ਗਿਆ, ਹੁਣ ਨਾ ਥੋੜ੍ਹੀ ਜਿਹੀ ਸੈਰ ਕਰੇ ਆਉਣੀ ਆ, ਦੁਬਾਰੇ ਆ ਕੇ ਫਿਰ ਸਰਗੀ ਖਾ ਲੂੰਗੀ। ਪੈਸੇ ਤਾਂ ਮੇਰੇ ਲੱਗੇ, ਮੈਂ ਵੀ ਸਰਗੀ ਖਾ ਲਾਂ ਥੋੜ੍ਹੀ ਜਿਹੀ, ਵਰਤ ਤਾਂ ਮੇਰੇ ਵਾਸਤੇ ਰੱਖਿਆ ਇਹਨੇ। ਕੋਈ ਹਿਸਾਬ ਤਾਂ ਨਹੀਂ ਲੱਗਣ ਡਿਆ, ਇੱਧਰ ਕੀ ਲਾਵਾਂ? ਮੈਂ ਸੋਚਿਆ ਸੀ ਵਿਆਹ ਕਰਾਵਾਂਗਾ, ਚਾਹ ਪੂਰੇ ਹੋਣਗੇ, ਘਰ ਵਾਲੀ ਆਊਗੀ, ਬਜਟ ਬਣਾਊਗੀ, ਪਰ ਇਹਨੇ ਤਾਂ ਆਉਂਦਿਆਂ ਪਹਿਲੇ ਸਾਲ ਦੇ ਵਿੱਚ ਹੀ ਮੇਰਾ ਬਜਟ ਹੀ ਖਰਾਬ ਕਰਕੇ ਰੱਖਤਾ। ਕਰਵਾ ਚੌਥ ਦੇ ਉੱਤੇ 2000 ਰੁਪਏ ਦੀ ਸਰਗੀ ਖਾ ਗਈ, ਹੱਦ ਹੋ ਗਈ, 2000 ਰੁਪਈਆ। ਜੇ ਮੈਂ ਇਕੱਲਾ ਹੋਵਾਂ ਨਾ, 2000 ਦਾ ਰਾਸ਼ਨ ਪਵਾ ਕੇ 2 ਸਾਲ ਕੱਢ ਲਾਂ। ਟੀਟੂ ਟੀਟੂ, ਸਕੀਮ ਇਹ ਲਾ ਹੁਣ ਵੀ 2000 ਰੁਪਈਆ ਪੂਰਾ ਕਿੱਦਾਂ ਕਰਨਾ ਹੈ? ਮੇਰੀ ਗੱਲ ਸੁਣ ਲੈ, ਮੈਂ ਕਹਿੰਦਾ ਨਾ ਕੰਮ ਵਾਲੇ ਮਜ਼ਾਕ ਨੀ ਸ਼ੁਰੂ ਕਿਹਨੇ ਕੀਤਾ? ਚੱਲ ਆਰਡਰ ਲਿਖਾ, ਲਿਖੋ ਲਿਖੋ, ਇੱਕ ਮਿੰਟ ਜਲਦੀ ਲਿਖੋ। ਹਾਂ ਲਿਖਾ, ਸ਼ਾਹੀ ਪਨੀਰ, ਸ਼ਾਹੀ ਪਨੀਰ, ਪਾਲਕ ਪਨੀਰ, ਪਾਲਕ ਪਨੀਰ, ਕੜਾਈ ਪਨੀਰ, ਕੜਾਈ ਪਨੀਰ, ਦਹੀਂ ਪਨੀਰ, ਦਹੀਂ ਪਨੀਰ ਲਿਖੋ, ਬਣਾ ਲੇਗਾ ਨਾ? ਹਾਂ, ਕੱਲਾ ਪਨੀਰ, ਕੱਲਾ ਪਨੀਰ, ਪਨੀਰ ਹੀ ਪਨੀਰ, ਪਨੀਰ ਹੀ ਪਨੀਰ, ਹਾਂਜੀ।
ਕਿਹੜੀ ਆਈਟਮ ਹੁੰਦੀ? ਬਾਊ ਜੀ ਦਿਮਾਗ ਨਹੀਂ ਖਾਣਾ ਹੈਗੀ, ਚੁੱਪ ਕਰਕੇ ਲਿਖਣਾ ਹੈਗੀ। ਚੱਲ ਲਿਖ ਦਿੰਦਾ ਪਨੀਰ ਹੀ ਪਨੀਰ ਕਰਾਂ ਸਾਹਿਬ ਫਿਰ ਅੱਗੇ ਲਿਖਣਾ ਹੈਗੀ। ਹਾਂਜੀ ਕੀ? ਜੀਰਾ ਆਲੂ, ਜੀਰਾ ਆਲੂ, ਗੋਭੀ ਆਲੂ, ਗੋਭੀ ਆਲੂ, ਮਟਰ ਆਲੂ, ਮਟਰ ਆਲੂ, ਪੁਰਜੀ ਆਲੂ, ਪੁਰਜੀ ਆਲੂ, ਆਲੂ ਹੀ ਆਲੂ। ਬਾਊ ਜੀ ਅੱਗੇ ਲਿਖੋ ਦਮ ਆਲੂ। ਭਰਾ ਮੇਰਾ ਦਮ ਨਾ ਕੱਢ ਦੀ ਬਸ। ਨਹੀਂ ਨਹੀਂ ਦਮ ਆਲੂ ਲਿਖੋ। ਦਮ ਆਲੂ ਹਾਂਜੀ। ਚੱਲ ਨਾਲ ਖਾ ਕੇ ਨੇ ਦਿੱਤਾ ਆਰਡਰ ਲਿਖੋ। ਹਾਂ ਬੀ ਬੀ ਆਈ ਆਈ ਐਲ 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 ਓ ਓ ਬੀ ਆਈ ਐਲ ਐਲ ਓ ਬਿਲ। ਮਜ਼ਾਕ ਕਰਨ ਡਿਆ? ਨਹੀਂ ਮਜ਼ਾਕ ਕਰਨ ਡਿਆ। ਇਹ ਬਿੱਲੋ ਨੇ ਦਿੱਤਾ ਆਰਡਰ? ਹਾਂਜੀ ਆਪਣੀ ਬਿੱਲੋ ਨੇ। ਉਹ ਆਤਮਾ ਨੂੰ ਪਾਓ ਜੀ, ਆਪਣੀ ਕਰੀ ਆਪਣੀ ਸਿਰਫ ਤੁਹਾਡੀ ਬਿੱਲੋ। ਮੇਰੇ ਵਾਲੀ ਤਾਂ ਪਿੰਡ ਹੈਗੀ ਕਰਸੀ ਘੁਮਾ ਕੇ। ਯਾਰ ਡੰਮੂ ਨੂੰ ਮੇਰੀ ਗੱਲ ਸੁਣ, ਬਿੱਲੋ ਯਾਰ ਕਰਵਾ ਚੌਥ ਦਾ ਵਰਤ ਰੱਖਿਆ, ਸਵੇਰੇ ਵੀ ਸਰਗੀ ਵਾਲੇ 2000 ਦਾ ਰਾਸ਼ਨ ਖਾ ਗਈ ਹੈ, ਹੁਣ ਫਿਰ ਰਾਤ ਨੂੰ ਵੀ ਇਹਨੇ ਖਾਣਾ, ਛੱਡਿਆ ਕਿਹੜੇ ਵੇਲੇ ਦਾ, ਸਿਰਫ ਦੁਪਹਿਰ ਵੇਲੇ ਦਾ। ਗੱਲ ਸੋਚ। ਹਾਂਜੀ ਤੈਨੂੰ ਕੀ ਓਏ ਫਰੈਂਕ ਨਾ ਹੋ, ਨੌਕਰ ਨੌਕਰ ਬਣ ਕੇ ਰਹਿ। ਯਾਰ ਬਿੱਲੋ ਇੰਨਾ ਰਾਸ਼ਨ ਖਾ ਜੂਗੀ? ਨਹੀਂ ਨਹੀਂ ਬਿੱਲੋ ਜੀ ਨੇ ਇਕੱਲੇ ਨੇ ਥੋੜ੍ਹਾ ਖਾਣਾ ਹੈਗਾ, ਉਹ ਹਫਸੀ ਨਹੀਂ ਹੈਗੇ, ਤੋ ਤੁਹਾਡੀ ਸਾਸ ਤੇ ਤੁਹਾਡਾ ਸਾਲਾ ਉਹਨਾਂ ਨੇ ਖਾਣਾ ਹੈਗਾ। ਉਹ ਬਿੱਲੋ ਜੀ ਨੇ ਤਾਂ ਸਿਰਫ ਆਲੂ ਖਾਣੇ ਹੈਗੇ ਕਰਸੀ ਘੁਮਾ ਕੇ, ਬਾਕੀ ਤਾਂ ਆਈਟਮਾਂ ਉਹਨਾਂ ਨੇ ਰਗੜਨੀ ਹੈ। ਵਾਜ ਮਾਰ, ਵਾਜ ਮਾਰ ਦੂ ਇਹਨੂੰ, ਮੈਂ ਤੁਹਾਡੇ ਪਿਓ ਦਾ ਨੌਕਰ ਲੱਗਾਂਗਾ। ਹਾਂ ਉਹ ਸਾਲਿਆ ਹੋਰ ਮੈਨੇਜਰ ਇੱਥੇ ਨੌਕਰੀਆਂ ਹੋਰ ਗਈਆਂ ਤੂੰ। ਵਾਜ ਮਾਰ ਪਿਆਰ ਨਾ ਬੁਲਾ। ਆਓ ਜੀ ਇੱਧਰ ਆਓ, ਅੱਗੇ ਹੋ ਜਾਓ, ਖਲੋ ਤੁਸੀਂ। ਦੇਖੋ ਜੀ ਬੜੇ ਇਮਾਨ ਨਾਲ ਸਤਿਕਾਰ ਨਾਲ ਗੱਲ ਕਹਿਣ ਲੱਗਾ, ਤੁਸੀਂ ਹੈਗੇ ਮੇਰੇ ਸਹੁਰਾ ਪਰਿਵਾਰ 'ਚ, ਬੜੀ ਇੱਜ਼ਤ ਕਰਦਾ ਤੁਹਾਡੀ ਮੈਂ, ਮੈਨੂੰ ਕੁਛ ਗੱਲਾਂ ਦਾ ਪਤਾ ਲੱਗਾ, ਦੱਸਣਾ ਤਾਂ ਨਹੀਂ ਮੈਂ ਤੁਹਾਨੂੰ, ਪਰ ਫਿਰ ਵੀ ਮੈਨੂੰ ਮੇਰੇ ਭਰੋਸੇਮੰਦ ਸੂਤਰਾਂ ਤੋਂ ਪਤਾ ਲੱਗਾ, ਮੈਂ ਇੱਕ ਗੱਲ ਪੁੱਛਣੀ ਚਾਹੁੰਦਾ ਹੱਥ ਜੋੜ ਕੇ, ਤੁਹਾਨੂੰ ਸ਼ਰਮ ਨਹੀਂ ਆਉਂਦੀ? ਆਉਂਦੀ ਹੈ, ਜਦੋਂ ਦੀ ਮੈਂ ਆਪਣੀ ਭੈਣ ਤੁਹਾਡੇ ਨਾਲ ਵਿਆਹੀ ਨਾ, ਬਹੁਤ ਸ਼ਰਮ ਆਉਂਦੀ ਹੈ। ਦੱਦਾ ਤੇ ਮਾਰਨੀ, ਤੂੰ ਬਕਵਾਸ ਬੰਦ ਕਰ ਓਏ। ਮੰਮੀ ਕੀ ਇੰਨਾ ਵੱਡਾ ਆਰਡਰ ਦਿੱਤਾ ਤੁਸੀਂ, ਉਹ ਵੀ ਮੇਰੇ ਢਾਬੇ ਤੇ? ਪੁੱਤਰ ਤੂੰ ਸਾਡਾ ਜਵਾਈ ਹੈ ਨਾ, ਆਹੋ ਬਸ ਐਸੇ ਗੱਲ ਦੀ ਸ਼ਰਮ ਮਾਰਦੀ ਹੈ, ਅਸੀਂ ਸੋਚਿਆ ਵੀ ਸ਼ਰਮ ਵਿੱਚ ਕਾਹਨੂੰ ਮਰਨਾ ਹੈ, ਕੋਈ ਚੰਗੀਆਂ ਚੰਗੀਆਂ ਡਿਸ਼ਾਂ ਖਾ ਕੇ ਮਰੀਏ। ਤੇਰਾ ਬੜਾ ਹਾਸਾ ਨਿਕਲਣ ਡਿਆ, ਦੱਸ। ਉਹ ਬਾਊ ਜੀ ਮੈਂ ਚੱਲਾਂ ਮਾਰਕੀਟ, ਸਮਾਨ ਇਕੱਠਾ ਕਰਨਾ ਹੈਗਾ, ਇੰਨਾ ਵੱਡਾ ਆਰਡਰ ਅਸੀਂ ਘੁਮਾ ਕੇ ਹੈ। ਮੰਨ ਗਿਆ ਮੈਂ ਆਪਣੀ ਭੈਣ ਨੂੰ ਜਿਹੜਾ ਤੁਹਾਡੇ ਲਈ ਸਾਰਾ ਦਿਨ ਭੁੱਖੀ ਰਹੀ ਹੈ, ਨਹੀਂ ਤੁਹਾਨੂੰ ਤਾਂ ਤੁਹਾਡਾ ਕੁੱਤਾ ਵੀ ਛੱਡ ਕੇ ਚਲਾ ਗਿਆ। ਕੁੱਤਾ ਵਿਚਾਰਾ ਵੀ ਸੋਚਦਾ ਹੋਣਾ ਵੀ ਹੋਰ ਕੁੱਤਿਆਂ ਦੇ ਮਾਲਕ ਤਾਂ ਉਹਨਾਂ ਨੂੰ ਬਿਸਕੁਟ ਪਾਉਂਦੇ ਨੇ, ਇੱਕ ਆਹ ਏ ਜਿਹੜਾ ਸਾਡੇ ਮੂੰਹ ਤੋਂ ਬੁਰਕੀ ਵੀ ਖੋ ਲੈਂਦਾ। ਵੇਖੋ ਜੀ ਗੱਲ ਬੜੀ ਸਿੰਪਲ ਹੈ ਤੇ ਸੋਚਣ ਵਾਲੀ ਆ, ਕਿਸੇ ਦੇ ਮੂੰਹ ਚੋਂ ਖੋਊਂਗਾ ਫਿਰ ਤੁਹਾਡੇ ਮੂੰਹ ਚ ਪਾਉਂਗਾ। ਤੇਰੇ ਤੇ ਤਾਂ ਜੀਜਾ ਮਾਂ ਨਾਲ ਹੀ ਤਾਂ ਕੇਸ ਠੋਕੂਗਾ ਮੈਂ। ਤੂੰ ਮਾਣਾ ਨਹੀਂ ਸਾਲਿਆ, ਤੇਰਾ ਤਾਂ ਕੋਈ ਮਾਣ ਹੀ ਹਾਨੀ, ਤੇਰੀ ਤਾਂ ਸਿਰਫ ਹਾਨੀ ਹਾਨੀ ਏ। ਹਾਂ ਸੱਚਿਓ ਮੇਰੀ ਹਾਨੀ ਹਾਨੀ ਹੈ, ਤਾਈਓ ਤਾਂ ਉਹ ਕੁੜੀ ਮੈਨੂੰ ਕਹਿ ਰਹੀ ਸੀ ਮੇਰੇ ਸਹੁਰੇ ਨਾਲ 2 ਸਾਲ ਵੱਡਾ ਲੱਗਦਾ। ਹਟਣਾ ਕਰਦੇ ਮਾਨ ਹਾਨੀ ਦਾ ਦਾਵਾ ਮੇਰੇ ਤੇ ਮਾਨ ਹਾਨੀ ਦਾ ਕੇਸ, ਮਾਨ ਹਾਨੀ ਦਾ ਕੇਸ ਤੇ ਸਭ ਤੋਂ ਪਹਿਲਾਂ ਤੁਹਾਡੇ ਤੇ ਬੰਦਾ, ਮੇਰੇ ਐਡੇ ਸੋਹਣੇ ਰੰਗਲੇ ਪੰਜਾਬ ਨੂੰ ਆਹ ਸੁਗਾਤ ਦਿੱਤੀ ਜੰਮ ਕੇ। ਹਾਏ ਸੁਗਾਤ ਤੋਂ ਯਾਦ ਆਇਆ, ਭਲਾ ਅੱਜ ਤਿਹਾਰ ਹੈ, ਤੂੰ ਸਾਨੂੰ ਕਿਹੜੀ ਸੁਗਾਤ ਦੇ ਰਿਹਾ? ਧੱਕਾ ਹੁਣ ਮੈਨੂੰ ਇੱਕ ਗੱਲ ਦੱਸੋ, ਹੁਣ ਇਹ ਦਵਾਂ ਕਿ ਰਾਤ ਨੂੰ ਚੰਨ ਚੜੇਗਾ ਉਦੋਂ ਦਵਾਂ? ਪੁੱਤ ਮੈਨੂੰ ਲੱਗਦਾ ਨਾ ਇਹਨੂੰ ਤਾਂ ਕੋਰਟ 'ਚ ਦੇਖਣਾ ਪੈਣਾ, ਆਏ ਨਹੀਂ ਇਹਨੇ ਲੋਟ ਆਉਣਾ। ਤੁਸੀਂ ਕੀ ਮੈਨੂੰ ਕੋਰਟ 'ਚ ਵੇਖਣਾ? ਕੋਰਟ 'ਚ ਤਾਂ ਤੁਹਾਨੂੰ ਮੈਂ ਘੜੀਸੂੰਗਾ। ਤੈਨੂੰ ਪਤਾ ਨਹੀਂ ਹੈ ਵੀ ਮੇਰਾ ਮੁੰਡਾ ਕਿੱਡਾ ਬੜਾ ਪਾਇਲਟ ਹੈ, ਤੇਰੇ ਵਰਗਿਆਂ ਤਾਂ ਧਾਗਿਆਂ 'ਚ ਬੰਨ ਬੰਨ ਕੇ ਨਾ ਐਂ ਉਡਾਉਂਦਾ ਫਿਰਦਾ। ਅਲੇ ਪਰਸੋਂ ਦੀ ਗੱਲ ਹੈ, ਜਦੋਂ ਮੈਂ ਪਤੰਗ ਉਡਾ ਰਿਹਾ ਸੀ ਨਾ, ਮੁਹੱਲੇ ਵਾਲਿਆਂ ਨੇ ਮੈਨੂੰ ਆ ਕੇ ਕਿਹਾ ਵੇ ਚੀਕੂ
ਕਿੰਨਾ ਵੱਡਾ ਰਿਸਕ ਲਿੱਤਾ ਤੂੰ ਓ ਸਾਲਿਆ ਉਸ ਰਿਸਕ ਦੀ ਗੱਲ ਕਰਦੇ ਹੋਣੇ ਆ ਵੀ ਜੇ ਪਤੰਗ ਕੱਟੇਗੀ ਤੂੰ ਵੀ ਨਾਲ ਹੀ ਉੱਡ ਜਾਣਾ ਲੈ ਇਹ ਕਿਹੜਾ ਪਹਿਲੀ ਵਾਰ ਹੋਇਆ ਅਸੀਂ ਤਾਂ 50 ਵਾਰ ਇਹਨੂੰ ਅੰਟੀਨੇ 'ਚ ਫਸੇ ਹੋਏ ਨੂੰ ਲਾਇਆ ਹਾਂ ਸੱਚੋ ਅੰਟੀਨੇ ਤੋਂ ਗੱਲ ਯਾਦ ਆ ਗਈ ਪੁੱਤ ਤੁਹਾਡੇ ਕਮਰੇ ਦੇ ਵਿੱਚ ਤਾਂ ਟੀਵੀ ਹੈਗਾ ਸਾਡੇ ਕਮਰੇ ਵਿੱਚ ਵੀ ਲਵਾ ਦੇ ਮਾਂ ਪੁੱਤ ਲਈ ਟੀਵੀ ਤੁਸੀਂ ਕੀ ਟੀਵੀ ਕਰਨਾ ਓ ਜੀਜਾ ਜੀ ਮੈਂ ਐਡਵੈਂਚਰ ਸ਼ੋਅ ਦੇਖਣੇ ਐਡਵੈਂਚਰ ਸ਼ੋਅ ਉਹ ਆਂਦਾ ਨਾ ਨਿਡਰ ਮੈਨ ਵਿਦ ਵਾਈਫ ਓਏ ਮੈਨ ਵਿਦ ਵਾਈਫ ਨਹੀਂ ਓਏ ਮੈਨ ਵਰਸਸ ਵਾਈਲਡ ਵੈਸੇ ਤੇਰਾ ਮੈਨ ਵਰਸਸ ਚਾਈਲਡ ਬੰਦਾ ਉਹ ਖਤਰੋ ਕੇ ਖਿਲਾੜੀਆਂ 'ਚ ਜਾਣਾ ਹੈ ਮੈਂ ਇਹ ਗੱਲ ਤੂੰ ਸਹੀ ਕਹੀ ਵਾਹੇ ਇਹਨਾਂ ਸ਼ੋਅਾਂ 'ਚ ਨਾ ਵੈਸੇ ਵੀ ਹਰ ਸਾਲ ਛੋਟੇ ਛੋਟੇ ਕੀੜੇ ਮਕੌੜਿਆਂ ਦੀ ਲੋੜ ਪੈਂਦੀ ਹੈ ਪੁੱਤ ਇਹਨੇ ਐ ਨਹੀਂ ਸੂਤ ਆਉਣਾ ਚੱਲ ਚੱਲ ਆਪਾਂ ਅੰਦਰ ਜਾ ਕੇ ਨਾ ਇਹਦੇ ਖਿਲਾਫ ਚੈਟਰਜੀ ਰਚੀਏ ਓ ਡਿੰਗੇ ਡੰਡਾ ਵਾਲੀ ਮੌਸਮੀ ਚੈਟਰਜੀ ਚੈਟਰਜੀ ਵੀ ਸਟ੍ਰੈਟਜੀ ਹੁੰਦਾ ਆਹੋ ਹੀ ਸੇਮ ਟੂ ਸੇਮ ਚੱਲ ਪੁੱਤ ਚੱਲ ਆ ਬੀਬੀ ਇਹਨੂੰ ਤਾਂ ਮੈਂ ਦੱਸਦਾ ਚੱਲ ਕੀ ਜ਼ਿੰਦਗੀ ਹੈ ਵਿਆਹ ਤੋਂ ਬਾਅਦ ਉਸ ਇਨਸਾਨ ਦੀ ਜਿਹਦੀ ਕਪੱਤੀ ਸੱਸ ਅਤੇ ਸਾਲਾ ਵੀ ਉਹਦੇ ਨਾਲ ਰਹਿੰਦੇ ਹੋਣ ਸੁਣਿਆ ਜੀ ਲੋਕ ਜਵਾਈ ਦੀ ਇੰਨੀ ਇੱਜ਼ਤ ਕਰਦੇ ਆ ਅਤੇ ਇਹ ਲੋਕ ਜਵਾਈ ਦੇ ਖਿਲਾਫ ਸਟ੍ਰੈਟਜੀ ਬਣਾ ਰਹੇ ਆ ਸਟ੍ਰੈਟਜੀ ਮੈਂ ਕਿਹਾ ਜੀ ਸੁਣਦੇ ਹੋ ਓ ਹੋ ਕਿੱਥੇ ਚਲੇ ਗਏ ਸੁਣਦੇ ਨੀ ਮੈਂ ਦੱਸ ਵੇਖ ਵੀ ਲਈਦਾ ਹੁੰਦਾ ਇੱਧਰ ਉੱਧਰ ਮੂੰਹ ਚੱਕ ਕੇ ਕਰ ਸੁਣਦੇ ਹੋ ਸੁਣਦੇ ਹੋ ਢਾਬੇ ਤੇ ਹੋਣਾ ਮੈਂ ਹੋਰ ਇੰਗਲੈਂਡ ਚਲੇ ਜਾਣਾ ਦੇਖੋ ਅੱਜ ਨਾ ਮੇਰਾ ਮੂਡ ਨਾ ਖਰਾਬ ਕਰੋ ਤੁਸੀਂ ਮੈਨੂੰ ਇਹ ਦੱਸੋ ਆਪਣੇ ਘਰ 'ਚ ਕਿਸੇ ਨੂੰ ਕਥਾ ਆਉਂਦੀ ਹੈ ਜੇ ਨਹੀਂ ਆਉਂਦੀ ਫਿਰ ਮੈਂ ਮੰਦਿਰ ਚਲੀ ਜਾਂਦੀ ਹਾਂ ਪਤਾ ਜੇ ਮੈਂ ਕਹਿਤਾ ਨਹੀਂ ਆਉਂਦੀ ਇਹਨੇ ਜਾਣਾ ਮੰਦਿਰ ਮੰਦਿਰ ਹੈਗਾ 2 ਕਿਲੋਮੀਟਰ ਦੂਰ ਮਤਲਬ ਰਕਸ਼ਾ ਕਰਨਾ ਪਊਗਾ ਰੁਪਈਏ 50 ਫਿਰ ਖਰਚਾ ਮੈਂ ਬੋਲ ਦਿੰਦਾ ਆਉਂਦੀ ਹੈ ਕਥਾ ਆਉਂਦੀ ਹੈ ਬੜੀਆਂ ਕਥਾਵਾਂ ਆਉਂਦੀਆਂ ਮੈਨੂੰ ਮੈਂ ਸੁਣਾ ਦਿੰਦਾ ਅੱਛਾ ਜੀ ਫਿਰ ਮੈਂ ਸਾਰਿਆਂ ਨੂੰ ਬੁਲਾ ਲਾ ਆ ਬੁਲਾਓ ਮੰਮੀ ਡਮਰੂ ਵੱਡੇ ਵੀਰ ਜੀ ਚੀਕੂ ਜੀ ਆ ਜਾਓ ਨਾ ਅੱਜ ਫਿਰ ਇਹਨੇ ਤੈਨੂੰ ਕੁਝ ਕਹਿਤਾ ਨਹੀਂ ਨਹੀਂ ਮੰਮੀ ਮੈਂ ਜਵਾਈ ਆ ਸ਼ਦਾਈ ਨਹੀਂ ਬਿਨਾ ਗੱਲ ਤੋਂ ਥੋੜੀ ਉਹਨੂੰ ਕੁਝ ਕਹੂੰਗਾ ਉਹਦੇ ਵਰਤ ਰੱਖਿਆ ਉਹਨੇ ਤੇ ਕਥਾ ਸੁਣਨ ਵਾਸਤੇ ਕਹਿੰਦੀ ਸੀ ਮੰਦਿਰ ਜਾਣਾ ਮੈਂ ਕਿਹਾ ਘਰ 'ਚ ਸੁਣਾ ਦਿੰਦੇ ਕਥਾ ਅੱਛਾ ਅੱਛਾ ਮੇਰੀ ਧੀ ਨੇ ਕਥਾ ਸੁਣਨੀ ਹੈ ਲੈ ਆਪਾਂ ਕਥਾ ਸੁਣਾ ਦਿੰਦੇ ਆ ਲਿਆਓ ਬੇ ਲਿਆਓ ਸਮਾਨ ਲਿਆਓ ਤਿਆਰੀ ਕਰੀਏ ਇੱਥੇ ਬਿਛਾਓ ਕੱਪੜੇ ਅੱਛਾ ਬੈਂਚ ਪਿੱਛੇ ਕਰ ਲੈ ਗੱਦੇ ਥੱਲੇ ਆ ਜਾਏਗਾ ਜੁੱਤਾ ਲਾ ਓਏ ਚੱਪਲ ਲਾ ਕੇ ਬਹਿ ਤੂੰ ਨਾ ਬਹਿ ਤੂੰ ਭਾਵੇਂ ਖੜਾ ਜਾ ਖੜਾ ਹੋਵੇ ਬੈਠਾ ਹੀ ਲੱਗਦਾ ਲਾ ਬਈ ਸਾਰੇ ਜਣੇ ਆਪਣੇ ਆਪਣੇ ਸਿਰ ਢੱਕ ਲਓ ਚੁੰਨੀਆਂ ਲੈ ਲਓ ਇਹ ਬੀਬੀ ਇਹ ਤੂੰ ਕਹੀ ਜੀ ਗੱਲ ਕਰਤੀ ਹੁਣ ਮੈਂ ਸ਼ੇਰ ਪੁੱਤ ਗੱਭਰੂ ਜਵਾਨ ਚੁੰਨੀ ਲੈਂਦਾ ਹੋਇਆ ਚੰਗਾ ਲੱਗੂਗਾ ਇੱਕ ਮਿੰਟ ਕੀ ਕਿਹਾ ਗੱਭਰੂ ਜਵਾਨ ਸ਼ੇਰ ਪੁੱਤ ਬਿੱਲੋ ਮੈਂ ਇਹਨੂੰ ਹੁਣੇ ਮਾਰਦਾ ਕਿ ਕਥਾ ਸੁਣਨ ਤੋਂ ਬਾਅਦ ਮਾਰਾਂ ਚਲੋ ਜੀ ਸੁਣਾਉਣਾ ਮੈਂ ਕਥਾ ਫਿਰ ਗੁੱਡ ਲੱਕ ਜੀ ਥੈਂਕ ਯੂ ਡਾਰਲਿੰਗ ਸੋ ਹਾਜ਼ਰੀਨ ਨਾਜ਼ਰੀਨ ਆਏ ਹੋਏ ਮਹਿਮਾਨਾਂ ਦਾ ਬਹੁਤ ਬਹੁਤ ਸ਼ੁਕਰੀਆ ਮਰਮੌਲਿਕ ਹਜ਼ੂਰ ਬਾਬਿਓ ਬੜੀ ਹੀ ਅੱਛੀ ਕਥਾ ਲੈ ਕੇ ਆਇਓ ਅੱਜ ਧਿਆਨ ਨਾਲ ਸੁਣਿਓ ਉਹ ਭਾਈ ਬਹਿ ਜਾ ਇੱਥੇ ਭੂਣ ਭੜਕੀਲੇ ਦਾ ਖਾੜਾ ਨਹੀਂ ਲਾਉਣਾ ਕਥਾ ਸੁਣਾਉਣੀ ਹੈ ਅੱਛਾ ਬਹਿ ਕਰੀ ਦੀ ਹਾਂ ਬੈਠ ਬਹਿ ਕੇ ਕਰ ਦਿੰਦੇ ਹਾਂ ਸੋ ਦੇਖੋ ਜੀ ਟੀਟੂ ਦਾ ਇਹੀ ਕਹਿਣਾ ਜਿਹੜੀਆਂ ਔਰਤਾਂ ਕਰਵਾ ਚੌਥ ਦੇ ਉੱਤੇ ਚਾਹੁੰਦੀਆਂ ਨੇ ਕਿ ਸੋਹਣੀਆਂ ਲੱਗਣ ਬੜੀਆਂ ਪਿਆਰੀਆਂ ਲੱਗਣ ਮੇਰੀ ਬਿੱਲੋ ਵਾਂਗ ਉਹਨਾਂ ਵਾਸਤੇ ਮੇਰੀ ਇੱਕੋ ਗੁਜ਼ਾਰਿਸ਼ ਹੈ ਅਤੇ ਇੱਕੋ ਹੀ ਸਲਾਹ ਹੈ ਜੇ ਕੋਈ ਪ੍ਰੋਡਕਟ ਲਾਉਣਾ ਬਿਊਟੀ ਦਾ ਤਾਂ ਇੱਕੋ ਹੀ ਲਾਓ ਪਿਓਰ ਰੂਟਸ ਗੋਲਡ ਬਲੀਚ ਕਰੀਮ ਨਹੀਂ ਕਥਾ ਤੋਂ ਪਹਿਲਾਂ ਐਡ ਵੀ ਜ਼ਰੂਰੀ ਹੈ ਨਾ ਇਹ ਕਥਾ ਹੈ ਜੀ ਇੱਕ ਔਰਤ ਦੀ ਜੀ ਹਾਂ ਅਬਲਾ ਨਾਰੀ ਵਿਚਾਰੀ ਮੇਰੀ ਬਿੱਲੋ ਵਰਗੀ ਨਿਆਰੀ ਇੱਕ ਵਾਰੀ ਉਹਦਾ ਮੂੰਹ ਪੱਕ ਗਿਆ ਜੀਭ 'ਤੇ ਛਾਲੇ ਨਿਕਲ ਆਏ ਜੀਭ ਪੱਕ ਗਈ ਬੜੀ ਦੁਖੀ ਹੋਈ ਪਰੇਸ਼ਾਨ ਹੋਈ ਹੈਰਾਨ ਹੋਈ ਅਲੱਗ ਅਲੱਗ ਜਗ੍ਹਾ ਤੋਂ ਦਵਾਈ ਖਾਧੀ ਏ ਬੜੀਆਂ ਦਵਾਈਆਂ ਖਾਧੀਆਂ ਬੜੇ ਇਲਾਜ ਕਰਾਏ ਆ ਨਹੀਂ ਠੀਕ ਹੋਈ ਫਿਰ ਉਹਦਾ ਮਨ 'ਚ ਇੱਕ ਸਵਾਲ ਆਇਆ ਕਿ ਮੈਂ ਕੀ ਕਰਾਂ ਆਕਾਸ਼ਵਾਣੀ ਹੋਈ ਏ ਕਿ ਪਾਨ ਦੀ ਦੁਕਾਨ 'ਤੇ ਜਾਓ ਉਹ ਔਰਤ ਪਾਨ ਦੀ ਦੁਕਾਨ 'ਤੇ ਗਈ ਏ ਉੱਥੋਂ ਉਹਨੇ ਪਾਨ ਲਿਆ ਕੇ ਖਾਧਾ ਅਤੇ ਉਹਲੇ ਛਾਲੇ ਜਿਹੜੇ ਠੀਕ ਹੋ ਗਏ ਪਰ ਜੀ ਇਹਦੇ ਵਿੱਚ ਕਥਾ ਕਿੱਥੇ ਹੋਈ ਜਿਹੜਾ ਉਹਨੇ ਪਾਨ ਖਾਧਾ ਸੀ ਨਾ ਉਹ 'ਚ ਕਥਾ ਹੀ ਲੱਗਾ ਸੀ ਮਿਹਰਬਾਨੀ ਸ਼ੁਕਰੀਆ
ਤੈਨੂੰ ਮਜ਼ਾਕ ਸੋਚ ਰਿਹਾ ਹੈ ਪੁੱਤਾਂ ਇਹਨੂੰ ਕਥਾ ਕਿੱਥੇ ਕਰਨੀ ਆਉਂਦੀ ਚੱਲ ਉੱਥੇ ਜਾ ਕੇ ਬੈਠ ਮੈਂ ਸੁਣਾਉਣੀ ਹੈ ਕਥਾ ਸੁਣਾਈ ਤੇ ਹੈਗੀ ਹੈ ਤੁਹਾਨੂੰ ਬੜੀ ਆਉਂਦੀ ਹੈ ਚੱਲ ਉੱਥੇ ਜਾ ਕੇ ਬੈਠ ਹੋਰ ਡਿੱਗੇ ਦੰਦ ਵਾਲੀ ਮੌਸਮੀ ਚੱਟਰਜੀ ਲਓ ਮੈਂ ਸੁਣਾਉਣੀ ਹੈ ਪੁੱਤ ਕਥਾ ਹਾਂ ਅੰਤਰ ਧਿਆਨ ਹੋ ਕੇ ਸੁਣਨੀ ਹੈ ਕਥਾ ਬਹੁਤ ਪੁਰਾਣੇ ਸਮੇਂ ਦੀ ਗੱਲ ਹੈ ਵੀ ਇੱਕ ਵਾਰ ਇੱਕ ਗਾਂ ਨੂੰ ਪਾਣੀ ਦੀ ਪਿਆਸ ਲੱਗੀ ਪਾਣੀ ਪੀ ਕੇ ਗਾਂ ਉੱਡ ਗਈ ਜੀ ਮੈਨੂੰ ਹੁਣ ਸਹੀ ਕਥਾ ਕੌਣ ਸੁਣਾਊਗਾ ਦੀਦੀ ਮੈਂ ਸੁਣਾਉਂਦਾ ਤੈਨੂੰ ਕਥਾ ਉਹ ਸਾਲਿਆ ਉਹਨੇ ਕਥਾ ਸੁਣਨੀ ਹੈ ਅਧੂਰੀ ਕਹਾਣੀ ਨਹੀਂ ਚਲੋ ਠੀਕ ਹੈ ਜੀ ਮੈਂ ਤਾਂ ਮੰਦਿਰ ਹੀ ਚੱਲੀ ਮੈਂ ਸੁਣਾਉਂਦਾ ਹਾਂ ਜੀ ਕਥਾ ਹਾਂ ਇਹਨੂੰ ਆਉਂਦੀ ਹਾਂ ਜਦੋਂ ਇੱਕ ਘਰ ਵਾਲੀ ਆਪਣੇ ਘਰ ਵਾਲੇ ਦੀ ਲੰਬੀ ਉਮਰ ਵਾਸਤੇ ਵਰਤ ਰੱਖਦੀ ਹੈਗੀ ਉਹਨੂੰ ਕਹਿੰਦੇ ਹੈਗੇ ਕਰਵਾ ਚੌਥ ਦੀ ਕਥਾ ਵਾਹ ਵਾਹ ਡਬਰੂ ਤੇ ਸਾਰਾ ਸਾਲ ਕਰਵਾ ਚੌਥ ਪਤਾ ਕਿਹਨੂੰ ਕਹਿੰਦੇ ਹੈਗੇ ਜਦੋਂ ਇੱਕ ਵੇਟਰ ਨੂੰ ਸਾਰਾ ਸਾਲ ਕੋਈ ਤਨਖਾਹ ਨਹੀਂ ਦਿੰਦੇ ਹੈਗੇ ਉਹ ਤਾਂ ਭੁੱਖਾ ਰੱਖਦੇ ਹੈਗੇ ਉਹਨੂੰ ਕਹਿੰਦੇ ਹੈਗੇ ਸਾਰਾ ਸਾਲ ਕਰਵਾ ਚੌਥ ਉਹ ਸਾਇਆ ਕਥਾ ਸੁਣਾ ਸ਼ੋਕ ਸਭਾ ਥੋੜੀ ਲੱਗੀ ਇਹ ਮੇਰੀ ਆਤਮ ਕਥਾ ਹੈਗੀ ਬਾਬੂ ਜੀ ਮਤਲਬ ਆਟੋ ਬਾਇਓਗ੍ਰਾਫੀ ਹਾਂਜੀ ਸੁਣਾ ਤੇ ਦਿੱਤੀ ਪਰ ਤੂੰ ਪੂਰੀ ਨਹੀਂ ਸੁਣਾਈ ਸ਼ੁਰੂਆਤ ਬੜੀ ਅੱਛੀ ਕੀਤੀ ਐਂਡ ਅਸੀਂ ਕਰਾਂਗੇ ਆ ਵਜਾਉਣ ਤੁਹਾਨੂੰ ਡਮਰੂ ਨੂੰ ਬਜਾਓ ਤੇ ਮੈਂ ਚੱਲੀ ਆ ਮੰਦਿਰ ਤੇ ਮੈਂ ਉੱਥੇ ਜਾ ਕੇ ਕਥਾ ਸੁਣ ਕੇ ਆਉਣੀ ਆ ਟੀਟੂ ਦਾ ਟੱਬਾ ਚੰਨ ਚੋਂ ਚਾਨਣੀ ਮੁੱਕ ਜਾਵੇ ਸਾਗਰ ਚੋਂ ਪਾਣੀ ਸੁੱਕ ਜਾਵੇ ਹਰ ਦਿਲ ਦੀ ਧੜਕਣ ਰੁੱਕ ਜਾਵੇ ਤਾਂ ਹੋ ਸਕਦਾ ਤੈਨੂੰ ਭੁੱਲ ਜਾਵਾਂ ਬਿੱਲੋ ਹਾਂਜੀ ਅੱਜ ਤਾਂ ਸਵੇਰ ਦੀ ਕਹਿ ਰਹੀ ਸੀ ਚੰਨ ਕਦੋਂ ਨਿਕਲੇਗਾ ਚੰਨ ਕਦੋਂ ਨਿਕਲੇਗਾ ਚੰਨ ਕਦੋਂ ਨਿਕਲੇ ਉਹ ਦੇਖ ਸਾਹਮਣੇ ਚੰਨ ਨਿਕਲਿਆ ਹੁਣ ਤਾਂ ਵਰਤ ਖੋਲ ਤੈਨੂੰ ਭੁੱਖ ਨਹੀਂ ਲੱਗੀ ਨਾ ਜੀ ਨਾ ਜੇ ਤੁਸੀਂ ਇਸੇ ਤਰ੍ਹਾਂ ਮੈਨੂੰ ਪਿਆਰ ਨਾਲ ਆਪਣੇ ਕੋਲ ਬਿਠਾ ਕੇ ਰੱਖੋਗੇ ਨਾ ਮੈਂ ਸਾਰੀ ਜ਼ਿੰਦਗੀ ਵੀ ਭੁੱਖੀ ਰਹਿ ਸਕਦੀ ਹਾਂ ਸੁਦੈਣੇ ਜੀ ਜਿੰਨਾ ਰਾਸ਼ਨ ਤੂੰ ਸਵੇਰੇ ਸਰਗੀ 'ਚ ਖਾ ਗਈ ਹੈ ਨਾ ਉਹਨੇ ਰਾਸ਼ਨ 'ਚ ਤਾਂ ਮੈਂ ਦੋ ਤਿੰਨ ਜਨਮ ਤੇਰੇ ਨਾਲ ਇੱਦਾਂ ਹੀ ਭੁੱਖਾ ਰਹਿ ਸਕਦਾ ਹੈਲੋ ਦੇਖੋ ਜੀ ਫਾਲਤੂ ਨਾ ਬੋਲੋ ਹੋ ਵੇਖੋ ਸਾਹਮਣੇ ਚੰਨ ਕਿੰਨਾ ਸੋਹਣਾ ਹੈ ਹਾਂ ਪਿਆਰਾ ਤਾਂ ਹੈ ਪਰ ਮੈਨੂੰ ਉਸ ਚੰਨ ਨਾਲ ਬਹੁਤਾ ਮਤਲਬ ਨਹੀਂ ਮੇਰਾ ਚੰਨ ਤੇ ਆ ਬੈਠਾ ਖੋਲ ਲੈ ਵਰਤ ਹੁਣ ਨਾ ਜੀ ਖੋਲ ਲੈ ਨਾ ਹਾਂ ਵਰਤ ਖੋਲ ਲੈ ਹਾਂਜੀ ਬੀਬੀ ਜੀ ਛਾਤੀ ਖੋਲ ਲੈਣਾ ਹੈਗੀ ਤੁਹਾਡੇ ਚੱਕਰ ਵਿੱਚ ਸਾਡਾ ਵੀ ਬੁਰਾ ਹਾਲ ਹੋਇਆ ਹੈਗੀ ਸਵੇਰ ਦੇ ਭੁੱਖੇ ਬੈਠੇ ਹੈਗੀ ਕਰਸੇ ਘੁਮਾ ਕੇ ਇਹ ਕੌਣ ਜੀ ਆਵਾਜ਼ ਕਿੱਥੋਂ ਆ ਰਹੀ ਹੈ ਪਤਾ ਨਹੀਂ ਹਨੇਰੇ 'ਚ ਲੱਭਦਾ ਨਹੀਂ ਪਿਆ ਕੁਝ ਖੜੋ ਮੈਂ ਹੁਣੇ ਨਾ ਲਾਈਟ ਚਲਾ ਕੇ ਦੇਖਦੀ ਹਾਂ ਦੇਖੀ ਜਰਾ ਹੈ ਮੰਮੀ ਜੀ ਤੁਸੀਂ ਸਾਰੇ ਇਹਦਾ ਮਤਲਬ ਚੰਨ ਚੜਿਆ ਨਹੀਂ ਤੁਸੀਂ ਚੜਾਇਆ ਸੀ ਇਹ ਕਿ ਡਰਾਮੇ ਬਾਜੀ ਲਗਾਈ ਹੋਈ ਤੁਸੀਂ ਉਹ ਪੁੱਤ ਦੀਦੀ ਅੱਜ ਮੈਂ ਟੀਵੀ 'ਚ ਸੁਣਿਆ ਸੀ ਵੀ ਚੰਨ 2 ਘੰਟੇ ਲੇਟ ਨਿਕਲੂਗਾ ਇਹਦਾ ਮਤਲਬ ਨਕਲੀ ਚੰਨ ਚੜਾ ਕੇ ਤੁਸੀਂ ਸਾਨੂੰ ਪਾਗਲ ਬਣਾਇਆ ਉਹ ਪਾਗਲ ਅਸੀਂ ਨਹੀਂ ਬਣਾਇਆ ਹੈਗਾ ਪਾਗਲ ਬਾਬੂ ਜੀ ਨੇ ਬਣਾਇਆ ਹੈਗਾ ਇਹਨਾਂ ਨੇ ਵੀ ਸਵੇਰ ਦਾ ਕੁਛ ਨਹੀਂ ਖਾਂਦਾ ਹੈਗਾ ਵਰਤ ਰੱਖਿਆ ਹੈਗਾ ਤੁਹਾਡੇ ਵਾਂਗੂ ਨਹੀਂ ਨਹੀਂ ਝੂਠ ਬੋਲਦਾ ਪਿਆ ਮੈਂ ਸਰਗੀ ਵੇਲੇ ਥੋੜਾ ਜਿਹਾ ਖਾਧਾ ਹੀ ਫਰੂਟ ਸਰਗੀ ਵੇਲੇ ਹਾਂ ਜਦੋਂ ਤੂੰ ਸੈਰ ਕਰਨ ਗਈ ਸੀ ਨਾ ਤੇਰਾ ਜੂਠਾ ਫਰੂਟ ਖਾ ਗਿਆ ਮੈਂ ਕਹਿੰਦੇ ਨੇ ਨਾ ਜੂਠ ਖਾਣ ਨਾਲ ਪਿਆਰ ਵੱਧਦਾ ਪਰ ਮੇਰਾ ਤਾਂ ਦਿਮਾਗ ਘਟ ਗਿਆ ਪੁੱਤ ਮੈਂ
ਦੱਸਦੀ ਆ ਐਵੇਂ ਕਿਤੇ ਖਾ ਲਿਆ ਹੋਣਾ ਭੋਰਾ ਕਿਤੇ ਮਾੜਾ ਮੋਟਾ ਅਸਲੀ ਗੱਲ ਤਾਂ ਮੈਂ ਦੱਸਦੀ ਆ ਤੈਨੂੰ ਮੈਂ ਖੁਦ ਆਪਣੇ ਕੰਨੀ ਸੁਣਿਆ ਕਹਿੰਦਾ ਜੇ ਮੇਰੀ ਬਿੱਲੋ ਭੁੱਖੀ ਰਹੂਗੀ ਤਾਂ ਮੈਂ ਵੀ ਸਾਰਾ ਦਿਨ ਭੁੱਖਾ ਹੀ ਬੈਠਾ ਰਹੂੰਗਾ ਇਹ ਵੀ ਵਿਚਾਰਾ ਸਵੇਰ ਦਾ ਭੁੱਖਾ ਹੀ ਹੈ ਹਾਂ ਜਦ ਮੈਂ ਤੇ ਮੰਮੀ ਨੇ ਇਹ ਗੱਲ ਸੁਣੀ ਤਾਂ ਅਸੀਂ ਵੀ ਡਿਸਾਈਡ ਕਰ ਲਿਆ ਵੀ ਜਦੋਂ ਤੇ ਜੀਜਾ ਰੋਟੀ ਨਹੀਂ ਖਾਊਗਾ ਅਸੀਂ ਵੀ ਭੁੱਖੇ ਹੀ ਰਹੂੰਗੇ ਹਾਏ ਮੈਂ ਮਰ ਜਾ ਤੁਸੀਂ ਸਾਰੇ ਮੇਰੇ ਲਈ ਭੁੱਖੇ ਰਹੇ ਤੇ ਤੁਸੀਂ ਮੇਰੇ ਗੁੱਗੂ ਹਾਂ ਤੁਸੀਂ ਸੁਬਾ ਦਾ ਕੁਛ ਨਹੀਂ ਖਾਂਦਾ ਨਹੀਂ ਨਹੀਂ ਇਹ ਝੂਠ ਬੋਲਦੇ ਪਏ ਪਾਗਲ ਜੇ ਉਹ ਤਾਂ ਮੇਰੇ ਪੇਟ 'ਚ ਗੜਬੜ ਸੀ ਤਾਂ ਮੈਂ ਕੁਛ ਨਹੀਂ ਖਾਧਾ ਵੈਸੇ ਵੀ ਸਵੇਰੇ ਸਵੇਰੇ 4 ਵਜੇ ਉੱਠ ਕੇ ਸਾਲੇ ਦਾ ਮੂੰਹ ਵੇਖ ਲਿਆ ਸੀ ਅੱਜ ਜੀਜਾ ਤੈਨੂੰ ਖੁੱਲ੍ਹੀ ਛੁੱਟੀ ਹੈ ਮੈਨੂੰ ਪਤਾ ਲੱਗ ਗਿਆ ਤੂੰ ਮੇਰੀ ਭੈਣ ਨਾਲ ਕਿੰਨਾ ਪਿਆਰ ਕਰਦਾ ਤੂੰ ਜੋ ਮਰਜ਼ੀ ਬੋਲ ਲਾ ਅੱਜ ਵੈਸੇ ਬਿੱਲੋ ਹਾਂ ਮੈਂ ਤੈਨੂੰ ਇੱਕ ਗੱਲ ਕਹਿਣੀ ਚਾਹੁੰਦਾ ਦੇਖ ਕਰਵਾ ਚੌਥ 'ਤੇ ਮੈਨੂੰ ਇਸ ਗੱਲ ਦਾ ਪਤਾ ਲੱਗ ਗਿਆ ਕਿ ਉਮਰ ਲੰਬੀ ਹੁੰਦੀ ਕਿ ਨਹੀਂ ਹੁੰਦੀ ਇਹ ਤਾਂ ਮੈਨੂੰ ਨਹੀਂ ਪਤਾ ਪਰ ਸਾਡੇ ਵਿੱਚ ਪਿਆਰ ਬਹੁਤ ਆ ਅਤੇ ਤੁਸੀਂ ਸਾਰਿਆਂ ਨੇ ਭੁੱਖੇ ਰਹਿ ਕੇ ਸਿਰਫ ਇੱਕ ਦਿਨ ਵਾਸਤੇ ਨਹੀਂ ਜਨਮਾਂ ਵਾਸਤੇ ਉਮਰ ਲੰਬੀ ਕਰਤੀ ਜੱਫੀਆਂ ਪਾਣੀਆਂ ਬੰਦ ਕਰ ਹੁਣ ਵਰਤ ਖੋਲ ਲੈ ਪੁੱਤ ਮੈਂ ਲਿਆਉਣੀ ਹੈ ਤੇਰੀ ਥਾਲੀ ਚੰਗਾ ਵਰਤ ਖੋਲ ਲੈ ਹੁਣ ਠੀਕ ਹੈ ਜੀ ਲਿਆਓ ਕੀ ਖਾਵਾਂ ਪਹਿਲਾਂ ਰੁਕੋ ਚੰਨ ਚੋਂ ਚਾਨਣੀ ਮੁੱਕ ਜਾਵੇ ਸਾਗਰ ਚੋਂ ਪਾਣੀ ਸੁੱਕ ਜਾਵੇ ਦਿਲ ਦੀ ਧੜਕਣ ਰੁਕ ਜਾਵੇ ਤਾਂ ਹੋ ਸਕਦਾ ਤੈਨੂੰ ਭੁੱਲ ਜਾਵਾਂ ਜੇ ਚੰਨ ਚੋਂ ਚਾਨਣੀ ਮੁੱਕ ਜਾਵੇ ਸੋ ਦੇਖਿਆ ਜੀ ਫਿਰ ਟੀਟੂ ਦੇ ਢਾਬੇ 'ਤੇ ਅੱਜ ਕਰਵਾ ਚੌਥ ਦਾ ਨਜ਼ਾਰਾ ਟੀਟੂ ਨੂੰ ਜ਼ਿੰਦਗੀ 'ਚ ਸਭ ਕੁਛ ਭੁੱਲ ਜਾਣਾ ਪਰ ਪਹਿਲਾਂ ਕਰਵਾ ਚੌਥ ਨਹੀਂ ਭੁੱਲਣਾ ਪਰ ਸੱਚੀ ਗੱਲ ਦੱਸਾਂ ਇੱਕ ਗੱਲ ਸੋਚ ਕੇ ਅੱਜ ਵੀ ਮੈਨੂੰ ਥੋੜ੍ਹੀ ਜਿਹੀ ਸ਼ਰਮ ਆਉਂਦੀ ਪਈ ਹੈ ਕਿ ਅਸੀਂ 2016 ਵਿੱਚ ਰਹਿ ਰਹੇ ਹਾਂ 4G ਦੀਆਂ ਗੱਲਾਂ ਕਰਦੇ ਹਾਂ ਪਰ ਇੱਕ ਔਰਤ
अज भी सुरक्षित महसूस नहीं करती। कसूर कि शायद उस बंदे का ही है जिहड़ा कि अज भी उसनू ओ इज्जत ते ओ रिस्पैक्ट नहीं दे पाया जिस दी कि वह हकदार है। सो मेरा यही कहना, देखो जी औरतों नू रिस्पैक्ट दिया करो। बेचारियां किन्नियां भोलियां होंदियां, चंगियां होंदियां, बंदियां लई वर्त रखदियां, भुखियां रहिंदियां। कदी सुनिया कोई बंदा भी किसी औरत लई भुखा रहा? सो मैं यही कहना चाहूँगा भी औरतों की इज्जत करया करो। एक मिनट जरा, मेरा फोन आ गया। मेरी भी औरत दा ही फोन आ, वोटी मेरी। हैलो, हाँ यार मैनू पता अज करवा चौथ है, वो तू वर्त वर्त खोलना, मेरी फोटो पई होनी उन्होंने वेख के खोल ला। ओ यार रिस्पैक्ट दिना तेन मैं घर आ गया, रिस्पैक्ट रिस्पैक्ट बस बंद कर, आने लगा मैं काम कर दे, दिमाग ना खाता चल। सो मैं यही कहना चाहूँगा कि प्लीज़ रिस्पैक्ट वुमेन। उस्ताद जी उस्ताद जी, भूख बड़ी लगी है, रोटी खवानी के नहीं खवानी? ओए खड़ जा, रोटी भी खवाना ते रौनकां भी दिखाना। चल मेरी रानी तू भी पीली पानी टीटू दे ढाबे ते।